ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ, ਕਿਉਂਕਿ ਪਿੱਠ ਪਿੱਛੇ ਗੱਲਾਂ ਕਰਨ ਵਾਲੇ ਹਮੇਸ਼ਾ ਪਿੱਛੇ ਰਹਿ ਜਾਂਦੇ ਹਨ। ਗਿਆਨ ਖੰਭ ਦਿੰਦਾ ਹੈ, ਤਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ। ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ, ਕਿਸੇ ਦੇ ਸਹਾਰੇ ਨਾਲ ਤੁਰਿਆ ਜਾ ਸਕਦਾ ਹੈ, ਭੱਜਿਆ ਨਹੀਂ। ਜੋ ਪਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ, ਪਰਮਾਤਮਾ ਉਸਦੀ ਬੇੜੀ ਕਦੇ ਨਹੀਂ ਡੁੱਬਣ ਦਿੰਦਾ। ਨਾ ਸੋਚ ਬੰਦਿਆ ਇੰਨਾ ਜ਼ਿੰਦਗੀ ਦੇ ਬਾਰੇ ਚ, ਜਿਸਨੇ ਜ਼ਿੰਦਗੀ ਦਿੱਤੀ ਹੈ ਉਸਨੇ ਵੀ ਕੁਝ ਸੋਚਿਆ ਹੀ ਹੋਵੇਗਾ। ਅੱਜ ਹਾਰ ਰਿਹਾ ਹਾਂ ਤਾਂ ਕੀ ਹੋਇਆ, ਜਿੱਤਣ ਲਈ ਹਾਰਨਾ ਬਹੁਤ ਜ਼ਰੂਰੀ ਹੈ। ਡੂੰਗੀ ਗੱਲ ਸਮਝਣ ਲਈ ਡੂੰਘਾ ਹੋਣਾ ਜ਼ਰੂਰੀ ਹੈ, ਅਤੇ ਡੂੰਘਾ ਉਹੀ ਹੋ ਸਕਦਾ ਜਿਹਨੇ ਡੂੰਘੀਆਂ ਸੱਟਾਂ ਖਾਧੀਆਂ ਹੋਣ। ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਉਹ ਹਜੇ ਬਹੁਤ ਛੋਟੇ ਨੇ। ਜੇ ਮੌਕਾ ਨਾ ਮਿਲਣ ਤੇ ਖੁਦ ਰਾਹ ਬਣਾਓ, ਆਪਣੇ ਆਪ ਦੀ ਸੁਣੋ, ਨਵੀਆਂ ਮੰਜ਼ਲਾਂ ਲੱਭੋ। ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ। ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਂ ਹੋ ਪੈਂਦੇ, ਕੀਤੀ ਹੋਈ ਮਿਹਨਤ ਨੂੰ ਕਦੇ ਚੋਰ ਨਹੀਂ। ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ, ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ। ਮਿਹਨਤ ਨਾਲ ਗੁੱਡਣਾ ਪੈਂਦਾ ਹੈ ਕਿਆਰੀਆਂ ਨੂੰ, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ। ਬੋਲ ਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ, ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਹੀ ਜਾਂਦੀ ਹੈ।